ਐਡੀ ਵੀ ਕੋਈ ਗੱਲ ਨਹੀਂ ਲੱਗਦੀ ਜਿੰਨਾ ਯਾਰ ਡਰਾਉਂਦੇ ਸੀ, ਵਿਆਹ ਕਰਕੇ ਪਛਤਾਏਗਾ, ਉਹ ਐਵੇਂ ਹੀ ਖੌਰੂ ਪਾਉਂਦੇ ਸੀ। ਜਿੱਦਾਂ ਦਾ ਵੀ ਵਿਆਹ ਹੋਇਆ ਨਾ, ਆਪਾਂ ਫੁੱਲ ਨਜ਼ਾਰੇ ਲੈਂਦੇ ਹਾਂ, ਕੋਈ ਉਹ ਜੋ ਮਰਜ਼ੀ ਆਖੀ ਜਾਵੇ ਆਪਾਂ ਹਾਂਜੀ ਹਾਂਜੀ ਕਹਿੰਦੇ ਹਾਂ। ਉਹ ਇੱਕ ਕੰਮ ਕਰਕੇ ਦੱਸ ਘੱਸਦਾ ਕੀ ਹੈ, ਉਹ ਨਾਲੇ ਆਪਣੇ ਘਰ 'ਚ ਕਾਹਦੀ ਸੰਗ ਹੈ। ਐਵੇਂ ਲੋਕ ਰੌਲਾ ਪਾਉਂਦੇ, ਆਖਿਰ ਵਿਆਹੇ ਬੰਦੇ ਦੀ ਜ਼ਿੰਦਗੀ ਤੰਗ ਹੈ। ਉਹਦੇ ਸੁੱਤਿਆਂ ਸੁੱਤਿਆਂ ਆਪਾਂ ਸਾਰੇ ਕੰਮ ਮੁਕਾ ਦਿੰਦੇ ਹਾਂ, 10 ਮਿੰਟਾਂ ਵਿੱਚ ਚਾਹ ਬਣਾ ਕੇ ਘਰ ਵਾਲੀ ਨੂੰ ਉਠਾ ਦਿੰਦੇ ਹਾਂ, 1 ਘੰਟੇ ਦੇ ਅੰਦਰ ਆਪਾਂ ਸਾਰੇ ਜਵਾਕ ਨਵਾ ਦਿੰਦੇ ਹਾਂ, ਕੰਮ 'ਤੇ ਜਾਣ ਤੋਂ ਪਹਿਲਾਂ ਪਹਿਲਾਂ 4 ਪਰੌਂਠੇ ਲਾ ਦਿੰਦੇ ਹਾਂ, ਕੰਮ ਤੋਂ ਆ ਕੇ ਸ਼ਾਮ ਨੂੰ ਵਾਪਸ ਆਪਾਂ ਹੱਥ ਵਟਾ ਦਿੰਦੇ ਹਾਂ, ਕੋਈ ਉਹ ਵੀ ਤੇ ਚੱਲ ਥੱਕੀ ਹੁੰਦੀ, ਆਪਾਂ ਰੋਟੀ ਬਣਾ ਦਿੰਦੇ। ਉਹ ਭਾਂਡੇ ਕਿਹੜਾ ਜ਼ਿਆਦਾ ਹੁੰਦੇ, ਐਵੇਂ ਉਹਨੂੰ ਕਹਿੰਦੇ ਰਹੀਏ। ਉਹਦੇ ਟੀਵੀ ਵਹਿੰਦਿਆਂ ਵਹਿੰਦਿਆਂ ਮਾਂਜ ਕੇ ਉਹਦੇ ਕੋਲ ਜਾ ਬਹੀਏ। ਕੋਈ ਲੀੜੇ ਕੱਪੜੇ ਦਾ ਕਾਹਦਾ ਕੰਮ ਹੈ, ਚੁੱਕ ਮਸ਼ੀਨ 'ਚ ਪਾ ਦਿੰਦੇ ਹਾਂ, ਐਵੇਂ ਵਿਹਲੇ ਤੁਰਦੇ ਫਿਰਦੇ ਆਪਾਂ ਧੁੱਪੇ ਪਾਸ ਕਾ ਦਿੰਦੇ। ਉਹ ਛੁੱਟੀ ਵਾਲੇ ਦਿਨ ਦੱਸਿਆ ਆਪਾਂ ਵਿਹਲਿਆਂ ਨੇ ਕੀ ਕਰਨਾ ਹੁੰਦਾ, ਸਾਫ਼ ਸਫਾਈ ਕਰ ਦਿੰਦੇ ਹਾਂ, ਉਂਝ ਵੀ ਤਾਂ ਲੜਨਾ ਹੀ ਹੁੰਦਾ। ਕੋਈ ਪੈਸੇ ਟਕੇ ਦੀ ਟੈਨਸ਼ਨ ਕੋਈ ਨਹੀਂ, ਘਰ ਵਾਲੀ ਕੋਲ ਫੜ ਲੈਂਦੇ ਹਾਂ, ਇੱਕ ਵਾਰੀ ਤਨਖਾਹ ਲਿਆ ਕੇ ਉਹਦੇ ਹੱਥ 'ਤੇ ਧਰ ਦਿੰਦੇ। ਉਹ ਬਹੁਤਾ ਰੌਲਾ ਪਾਉਣ ਦੇ ਨਾਲੋਂ ਰਹਿਣ ਦੇ ਪਰਦੇ ਹੇਠਾਂ ਦੱਬੀ। ਆਪਾਂ ਨੇ ਤਾਂ ਵੇਖ ਲਿਆ ਸਾਰਾ, ਐਡੀ ਵੀ ਕੋਈ ਗੱਲ ਨਹੀਂ ਲੱਗੀ, ਐਡੀ ਵੀ ਕੋਈ ਗੱਲ ਨਹੀਂ ਲੱਗੀ। ਐਵੇਂ ਯਾਰ ਡਰਾਉਂਦੇ ਸੀ, ਵਿਆਹ ਕਰਕੇ ਪਛਤਾਏਗਾ, ਐਵੇਂ ਖੌਰੂ ਪਾਉਂਦੇ ਸੀ।